ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਰਾਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਤੁਸੀਂ ਸਾਰਿਆਂ ਨੇ ਆਪਦਾ ਪੁੱਤ ਬਣਾ ਕੇ, ਆਪਦਾ ਵੀਰ ਬਣਾ ਕੇ, ਆਪਦਾ ਭਰਾ ਬਣਾ ਕੇ ਮੈਨੂੰ ਇੱਥੋਂ ਤੱਕ ਜਿਹੜਾ ਮਾਣ ਅਤੇ ਪਿਆਰ ਦਿੱਤਾ ਹੈ, ਮੈਂ ਸਾਰੀ ਜ਼ਿੰਦਗੀ ਲੰਬੀ ਆ ਲਿਓ ਤੁਹਾਡਾ ਦੇਣਾ ਨਹੀਂ ਦੇ ਸਕਦਾ। ਪਰ ਮੈਂ ਹਾਰਿਆ ਨਹੀਂ, ਮੈਂ ਹਾਰਿਆ ਨਹੀਂ, ਮੈਂ ਚੋਣ ਜਿੱਤਿਆ, ਮੈਂ ਲੋਕਾਂ ਦੇ ਦਿਲ ਜਿੱਤੇ, ਮੈਂ ਲੰਬੀ ਆਰਿਆਂ ਦੇ ਦਿਲ ਜਿੱਤੇ। ਮੈਨੂੰ ਲੰਬੀ ਆਰਿਆਂ ਨੇ ਜਿੱਥੇ 34,000 ਅਤੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ 24-25,000 ਵੋਟਾਂ ਨਾਲ ਹਾਰੇ, ਉਹ ਲੰਬੀ ਹਲਕਾ ਜਿੱਥੇ ਸਰਦਾਰ ਬਾਦਲ 60 ਸਾਲਾਂ ਤੋਂ ਰਾਜ ਕਰ ਰਿਹਾ, ਉਹਨਾਂ ਲੰਬੀ ਹਲਕੇ ਦੇ ਲੋਕਾਂ ਨੇ, ਨਿਹੱਥਿਆਂ ਨੇ, ਜਿਨ੍ਹਾਂ ਨੇ ਬਿਨਾਂ ਕਿਸੇ ਤਾਕਤ ਤੋਂ ਮਗਰਲੇ 60 ਸਾਲਾਂ ਤੋਂ ਕਈ ਪਰਿਵਾਰ ਲੜ ਰਹੇ। ਇੰਨਾ ਚਿਰ ਤਾਂ ਗੁਰੂ ਸਾਹਿਬ ਨੂੰ ਸਿੰਘ ਵੀ ਵਧਾਵਾ ਦੇ ਗਏ ਸੀ 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਆਪਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ। ਉਹ ਸਿੰਘ ਕਹਿ ਗਏ ਸੀ ਕਿ ਹੁਣ ਭੁੱਖਿਆਂ ਤੋਂ ਲੜਿਆ ਨਹੀਂ ਜਾਂਦਾ, ਹੁਣ ਨਿਹੱਥਿਆਂ ਤੋਂ ਲੜਿਆ ਨਹੀਂ ਜਾਂਦਾ, ਫੜੋ ਬਦਾਵਾ ਅਤੇ ਅਸੀਂ ਚੱਲੇ। ਫਿਰ ਮਾਈ ਭਾਗੋ ਉਹਨਾਂ ਨੂੰ ਲਾਹਨਤਾਂ ਦੇ ਕੇ ਵਾਪਸ ਲੈ ਕੇ ਆਏ, ਔਰ ਫਿਰ ਉਹ ਗੁਰੂ ਸਾਹਿਬ ਨੇ ਬਦਾਵਾ ਪਾੜਿਆ। ਅਤੇ ਤੁਹਾਨੂੰ ਤਾਂ 60 ਸਾਲ ਹੋ ਗਏ, ਭੁੱਖੇ ਧਿਆਏ ਨਿਹੱਥੇ, ਜਮਾਂ ਜਿਨ੍ਹਾਂ ਦੇ ਕੋਲ ਕੁਛ ਨਹੀਂ ਗਾ ਉਹ ਲੜੀ ਜਾਂਦੇ ਹੋ। ਤੁਹਾਡਾ ਦੇਣਾ ਪੰਜਾਬ ਦਾ, ਮੈਂ ਸਮਝਦਾ ਜੇ ਪੰਜਾਬ ਦੇ ਲੀਡਰਾਂ 'ਚ ਕੋਈ ਕਣ ਕੱਢਾ ਹੋਵੇ, ਜੇ ਪੰਜਾਬ ਦੇ ਔਰ ਮੇਰੇ ਵਰਗੇ ਲੋਕਾਂ 'ਚ ਕੋਈ ਗੈਰਤ ਹੋਵੇ, ਅਸੀਂ ਹੋਰ ਹਲਕਿਆਂ ਦਾ ਤਾਂ ਦੇਣਾ ਦੇ ਸਕਦੇ ਹਾਂ, ਕਦੇ ਉੱਤੇ ਕਦੇ ਥੱਲੇ, ਕਦੇ ਤਾਕਤ ਆ ਗਈ, ਕੋਈ ਅੱਜ 'ਚ ਤਾਕਤ ਮਾਣੀ ਜਾਂਦਾ, ਗਿੱਦੜ ਦੇ ਲੋਕਾਂ ਕੋਲ ਤਾਕਤ ਨਹੀਂ ਸੀ, ਹੁਣ ਉਹ ਤਾਕਤ ਮਾਣ ਰਹੇ, ਤੁਸੀਂ ਤਾਂ ਅੱਜ ਵੀ ਨਿਹੱਥੇ। ਸੋ ਤੁਹਾਡਾ ਦੇਣਾ ਦਿੱਤਾ ਨਹੀਂ ਜਾ ਸਕਦਾ, ਮੈਂ ਸ਼ਬਦਾਂ ਦੇ ਰਾਹੀਂ ਤੁਹਾਡਾ ਦੇਣ ਨਹੀਂ ਦੇ ਸਕਦਾ। ਇਹਦਾ ਮੇਰਾ ਧੰਨਵਾਦ ਨਾ ਮੰਨਿਓ, ਮੈਂ ਤਾਂ ਆਪ ਚਾਹੁੰਦਾ ਸੀ ਕਿ ਮੈਂ ਕਿਹਾ ਇਸ ਤੋਂ ਬਾਅਦ ਮੈਂ ਪਿੰਡ ਪਿੰਡ ਜਾਣਾ, ਮੈਂ ਕਿਸੇ ਹਲਕੇ 'ਚ ਜਾਵਾਂ ਨਾ ਜਾਵਾਂ। ਅੱਜ ਮੇਰਾ ਬਡਲਾਡਾ ਹਲਕਾ ਹੈ, 2 ਵਜੇ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਦਾ ਨਹੀਂ ਚੰਗੀ ਤਰ੍ਹਾਂ, ਮੈਂ ਉੱਥੇ ਪਹੁੰਚਣਾ, 1.5 ਘੰਟੇ ਦਾ ਰਾਹ ਹੈ, 1.25 ਘੰਟਿਆਂ ਦਾ। ਫਿਰ ਉਸ ਤੋਂ ਬਾਅਦ ਮਾਨਸਾ, ਕੱਲ੍ਹ ਮੈਂ ਬਠਿੰਡੇ ਸੀ, ਤਲਵੰਡੀ ਸੀ, ਅੱਜ ਦਿਹਾਤੀ ਕਰਕੇ ਆਇਆ। ਮੈਂ ਪਿੰਡ ਪਿੰਡ ਆਊਂਗਾ, ਮੈਂ ਤਾਂ ਮੇਰੇ ਘਰ ਵਾਲੀ ਨੰਗੇ ਜੋੜੀ ਦੇ ਵਿੱਚ ਸਾਰੇ ਪਿੰਡਾਂ 'ਚ ਆਪ ਆ ਕੇ ਤੁਹਾਡਾ ਧੰਨਵਾਦ ਕਰਕੇ, ਅੱਧਾ ਅੱਧਾ ਘੰਟਾ ਲਾ ਕੇ ਮੈਂ ਤੁਹਾਡਾ ਧੰਨਵਾਦ ਕਰੂੰਗਾ। ਮੈਂ ਉਹ ਧੰਨਵਾਦ ਹਾਜ਼ਰੀ ਲਵਾਉਣ ਆਉਣਾ, ਮੈਂ ਧੰਨਵਾਦ ਤਾਂ ਜ਼ਿੰਦਗੀ ਭਰ ਮੈਂ ਕਰ ਹੀ ਨਹੀਂ ਸਕਦਾ, ਨਾ ਮੇਰਾ ਪਰਿਵਾਰ ਕਰ ਸਕੇ। ਪਰਮਾਤਮਾ ਕਿਰਪਾ ਕਰੇ, ਤੁਸੀਂ ਮੈਨੂੰ ਪਿੰਡਾਂ 'ਚ ਇੱਕ ਲਾਂਭਾ ਦਿੰਦੇ ਸੀ, ਇਹ ਗੱਲ ਕਹਿੰਦੇ ਸੀ ਕਿ ਕਦੇ ਵੋਟਾਂ ਲੈ ਕੇ ਕੋਈ ਆਇਆ ਨਹੀਂ ਕਾਂਗਰਸੀ, ਕਦੇ ਕੋਈ ਆਇਆ ਨਹੀਂ, ਹਜੇ ਕੱਲ੍ਹ ਬੀਤਿਆ, ਪਰਸੋਂ ਤਾਂ ਆਪਾਂ ਹਾਰੇ।
ਕੱਲ ਬੀਤਿਆ ਤੇ ਮੈਂ ਅੱਜ ਇਸ ਕਰਕੇ ਪ੍ਰੋਗਰਾਮ ਰੱਖਿਆ ਵੀ ਹੌਸਲਾ ਰੱਖਿਓ, ਮੇਰੇ ਪੈਰ ਚਲਦੇ ਰਹਿਣ, ਮੇਰੀਆਂ ਅੱਖਾਂ ਜਵਾਬ ਨਾ ਦੇ ਜਾਣ, ਮੇਰਾ ਸਰੀਰ ਜਵਾਬ ਨਾ ਦੇ ਜੇ, ਮੈਂ ਰੇਂਗਦਾ ਵੀ ਲੱਤਾਂ ਟੁੱਟ ਜਾਣ ਤੇ ਲੰਬੀ ਤੇ ਲੋਕਾਂ ਦੀ ਸੇਵਾ ਕਰਾਂਗਾ। ਤੁਹਾਡੇ ਨਾਲ ਇਸ ਗੱਲ ਦਾ ਮੈਂ ਵਾਅਦਾ ਕਰਦਾ, ਇਸ ਗੱਲ ਦਾ ਮੈਂ ਪ੍ਰਗਟ ਕਰਦਾ। ਮੇਰਾ ਮਨ ਇਸ ਕਰਕੇ ਨਹੀਂ ਭਰਿਆ ਕਿ ਮੈਂ ਹਾਰਿਆ ਯਾਰ, ਇੱਕ ਆਮ ਸਧਾਰਨ ਪਰਿਵਾਰ ਦਾ ਮੁੰਡਾ, ਆਮ ਪਰਿਵਾਰ ਚ ਉੱਠ ਕੇ ਜਿਹਦਾ ਮਾਂ ਪਿਓ ਨਾ ਹੋਵੇ ਤੇ ਬਾਦਲ ਵਾਲਿਆਂ ਦੀਆਂ ਗੁੱਡੀਆਂ ਚੜਾਇਆ, ਛੋਟੇ ਬਾਦਲ ਦਾ ਚੜਾਇਆ, ਮਜੀਠੀ ਦਾ ਚੜਾਇਆ, ਵੱਡੇ ਵੱਡੇ ਲੀਡਰਾਂ ਦਾ, ਪਰ ਮੈਂ ਤੁਹਾਡੀ ਸ਼ਹਿ ਤੇ ਛਾਲਾ ਮਾਰਦਾ ਸੀ। ਪਰ ਤੁਸੀਂ ਕਰ ਵਿਖਾਈ। ਉਹ ਕਹਿੰਦੇ ਸੀ 35,000 ਵਧਾਂਗੇ, ਰਾਜੇ ਦਾ ਕੀ ਹੈ, ਇਹਨੂੰ ਕੀ ਸਮਝਦੇ, ਇਹ ਤਾਂ ਕੱਲ ਦੀ ਕੰਮ ਹੈਗਾ, ਇਹਨੂੰ ਕੀ ਸਮਝਦੇ, ਇਹ ਤਾਂ ਅਖੀਰ ਤੇ ਆ ਕੇ ਇਹ ਤੁਸੀਂ ਲੋਕਾਂ ਨੇ ਐਸਾ ਪੇਚੇ ਨਾ ਪੇਚਾ ਪੜਤਾ ਤੇ ਉਹਨਾਂ ਨੂੰ ਬੀਬੀ ਗਿੱਧਾ ਤਾਂ ਪਾ ਰਹੀ ਸੀ ਜਿੱਤਣ ਤੋਂ ਬਾਅਦ, ਪਰ ਤਾੜੀ ਚਾ ਜਨਾਨੀ ਵਜਾ ਰਹੀ ਸੀ ਗਿੱਧਾ। ਠੀਕ ਹੈ, ਜਿੱਤਾਂ ਹੋ ਜਾਇਆ ਕਰਦੀਆਂ, ਜਿੱਤਾਂ ਹੋ ਜਾਇਆ ਕਰਦੀਆਂ। ਮਹਾਰਾਣਾ ਪ੍ਰਤਾਪ ਸੇਖੋਂ ਸਾਹਿਬ ਬੈਠੇ ਹੈ, ਕਦੇ ਕੋਈ ਲੜਾਈ ਨਹੀਂ ਜਿੱਤਿਆ, ਮਹਾਰਾਣਾ ਪ੍ਰਤਾਪ ਲੜਦਾ ਰਿਹਾ। ਔਰ ਜਿੰਨੀਆਂ ਜੰਗਾਂ ਲੋਕ ਦੂਸਰੇ ਜਿੱਤੇ ਉਹਨਾਂ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਵੀ ਮਹਾਰਾਣਾ ਪ੍ਰਤਾਪ ਨਾਲ ਕਿਹਨੇ ਲੜਾਈਆਂ ਲੜੀਆਂ, ਤੁਹਾਨੂੰ ਪਤਾ, ਕਿਸੇ ਨੂੰ ਨਹੀਂ ਪਤਾ, ਲੇਕਿਨ ਮਹਾਰਾਣਾ ਦਾ ਪ੍ਰਤਾਪ ਦਾ ਪਤਾ। ਤੇ ਮਹਾਰਾਣਾ ਪ੍ਰਤਾਪ ਸਾਰੀਆਂ ਲੜਾਈਆਂ ਹਾਰਦਾ ਰਿਹਾ, ਲੇਕਿਨ ਦੁਨੀਆ ਮਹਾਰਾਣਾ ਪ੍ਰਤਾਪ ਨੂੰ ਯਾਦ ਕਰਦੀ ਹੈ। ਉਹਨੇ ਰਾਜਪੂਤਾਂ ਦੀ ਪੁੱਛ ਥੱਲੇ ਨਹੀਂ ਹੋਣ ਦਿੱਤੀ, ਮਰਨੋ ਮਰ ਗਿਆ ਮਹਾਰਾਣਾ ਪ੍ਰਤਾਪ। ਹਲਦੀ ਘਾਟੀ ਦਾ ਜਿਹੜੀ ਉਹ ਮਿੱਟੀ ਮੈਂ ਵੇਖ ਕੇ ਆਇਆ, ਉਹਦਾ ਰੰਗ ਲਾਲ ਹੈ, ਮਰਨੋ ਮਰ ਗਿਆ, ਲੇਕਿਨ ਉਹਨੇ ਰਾਜਪੂਤਾਂ ਦੀ ਮੁੱਛ ਨੀਵੀਂ ਨਹੀਂ ਹੋਣ ਦਿੱਤੀ। ਉਹੀ ਲੜਾਈ ਲੰਬੀ ਆ ਲਿਓ, ਮਰਨੋ ਮਰ ਜਾਂਗੇ, ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਲੋਕ ਬੜੀਆਂ ਪਾਰਟੀਆਂ ਬਦਲ ਦਿੰਦੇ ਹੈ, ਲੋਕ ਲਾਲਚ ਆ ਕੇ ਇੱਧਰ ਉੱਧਰ ਹੋ ਜਾਂਦੇ ਹੈ। ਇਹ ਰਾਜੇ ਵਿੜਿੰਗ ਨੂੰ ਕੁਝ ਮਿਲੇ ਨਾ ਮਿਲੇ, ਤੁਹਾਡੇ ਲੀਡਰ ਵੀ ਇਹੋ ਜਿਹੇ ਹੈ ਵਿਚਾਰੇ, ਜਿਨ੍ਹਾਂ ਨੇ ਸੱਤ ਸਾਲ ਸੰਤਾਪ ਭੁੱਟ ਗਿਆ, ਭੁੱਖੇ ਤੇ ਆਏ ਨੇ, ਹੱਥੇ ਲੜੇ ਹੈ, ਇਹ ਪਰਿਵਾਰ ਕੱਖ ਨਹੀਂ ਮਿਲਿਆ, ਸਰਕਾਰਾਂ 'ਚ ਵੀ ਉਹ ਤਾਕਤਾਂ ਨਹੀਂ ਮਿਲੀਆਂ, ਲੇਕਿਨ ਮਰਨੋ ਮਰ ਜੂੰਗਾ, ਲੇਕਿਨ ਰਾਜਾ ਵੜਿੰਗ ਤੁਹਾਡੀ ਮੁੱਛ ਨਹੀਂ ਵੱਢਣ ਦਿੰਦਾ। ਇੱਥੇ ਕਈ ਲੋਕ ਤੁਹਾਨੂੰ ਇੱਥੇ ਜਿੱਤ ਕੇ ਗਏ, ਤੁਸੀਂ ਜਿਤਾਇਆ, ਉਹਨਾਂ ਨੇ ਮੁੱਛ ਵੜਾ ਦਿੱਤੀ। ਬੰਦੇ ਦਾ ਪੁੱਤ ਨਹੀਂ ਜਿਹੜਾ ਮੁੱਛ ਵੜਾ ਦੇ, ਮਰ ਜੇ ਰਾਜਾ ਵੜਿੰਗ ਦੇ ਸਰੀਰ ਤੇ ਤਿਰੰਗਾ ਜਾਊਗਾ। ਬੇਸ਼ੱਕ ਦੋ ਵਾਰੀ MLA ਬਣ ਗਿਆ, ਇਦੋਂ ਬਾਅਦ ਤੁਹਾਡੀ ਸੇਵਾ ਕਰਦਾ ਕਰਦਾ ਲੰਬੀ ਵਾਲੇ ਉਹ ਮਰ ਜਾ, ਕੋਈ ਪਰਵਾਹ ਨਹੀਂ। ਔਰ ਜਿੰਨਾ ਗਿੱਦੜ ਦਾ ਦੇ ਲੋਕਾਂ ਨੂੰ ਪਿਆਰ ਕਰੂੰਗਾ, ਜਿੰਨਾ ਉਦੋਂ ਤੁਹਾਨੂੰ 5% ਜ਼ਿਆਦਾ ਪਿਆਰ ਕਰੂੰਗਾ, ਤੁਹਾਡੇ ਨਾਲ ਵਾਅਦਾ ਕਰਦਾ, ਜੋ ਗਿੱਦੜਬਾ ਦੇ ਵਾਸਤੇ ਕਰੂੰਗਾ ਉਹੀ ਲੰਬੀ ਦੇ ਲੋਕਾਂ ਵਾਸਤੇ ਉਦੋਂ ਵੱਧ ਕਰਕੇ ਤੁਹਾਡੀ ਸੇਵਾ ਕਰਦਾ ਰਹਾਂਗਾ। ਕਈ ਪਿੰਡਾਂ 'ਚ ਵੋਟ ਵਧੀ ਹੈ, ਔਰ ਜਿਹਨਾਂ ਤੋਂ ਵਧੀ ਉਹਨਾਂ ਦਾ ਧੰਨਵਾਦ ਹੈਗਾ ਹੀ ਹੈਗਾ। ਕਈ ਵਿਚਾਰੇ ਜਿੱਥੋਂ ਕੱਟੀ ਉਹ ਪਤਾ ਨਹੀਂ ਵਿਚਾਰੇ ਕਿਵੇਂ ਲੜੇ, ਉਹਨਾਂ ਕੋਲ ਸੰਧ ਸਾਧਨ ਦੀ ਸੀ, ਸਾਹਮਣਾ ਦੁਸ਼ਮਣ ਬੜਾ ਤਾਕਤਵਰ ਸੀ, ਲੇਕਿਨ ਉਹਨਾਂ ਨੇ ਵੀ ਬੂਥਾਂ 'ਤੇ ਬਹਿ ਬਹਿ ਕੇ, ਜਿੱਥੇ ਲੋਕ ਕਹਿੰਦੇ ਸੀ ਵੀ ਬੂਥਾਂ 'ਤੇ ਕੋਈ ਨਹੀਂ ਬੈਠੂਗਾ, ਏਜੰਟ ਕੋਈ ਨਹੀਂ ਬਣੂਗਾ, ਤੁਸੀਂ ਤਾਂ ਬੜੀ ਲੜਾਈ ਲੜੀ ਹੈ। ਮੈਂ ਤਾਂ, ਮੇਰੀ ਘਰ ਵਾਲੀ ਅੱਜ ਕਹਿੰਦੀ ਸੀ, ਮੈਂ ਕਿਹਾ ਅੱਜ ਮੈਂ ਇਕੱਲਾ ਚਾਹੁੰਦਾ,
ਫਿਰ ਪਿੰਡਾਂ 'ਚ ਦੋਵੇਂ ਜਾਣੇ ਆਪਾਂ ਇਕੱਠੇ ਜਾ ਕੇ ਆਪਾਂ ਸਾਰੇ ਹਲਕੇ ਵਾਲਿਆਂ ਦਾ ਤੁਹਾਡਾ ਧੰਨਵਾਦ ਕਰਕੇ ਆਵਾਂਗੇ। ਇੱਕ ਮੇਰੀ ਬੇਨਤੀ ਹੈ, ਬਿਲਕੁਲ ਠੀਕ ਕਿਹਾ ਮੀਤ ਨੇ, ਹਜੇ ਤੁਸੀਂ ਤੋਪ ਦਾ ਸਾਹਮਣਾ ਕਰਨਾ ਅਤੇ ਤੁਹਾਡੇ ਕੋਲ ਡਾਂਗ ਵੀ ਹੈ, ਤੁਹਾਡੇ ਕੋਲ ਡਾਂਗ ਵੀ ਆਪਦੀ ਤੋੜੀ ਫਿਰਦੇ ਹੋ, ਤੁਸੀਂ ਆਪਸ ਵਿੱਚ ਬੜਾ ਲੜਦੇ ਹੋ, ਗਰੁੱਪਿਜ਼ਮ ਬੜਾ ਰਹਿੰਦੇ ਹੋ। ਹਜੇ ਆਪਾਂ ਬੰਦੂਕ ਦਾ ਇੰਤਜ਼ਾਮ ਕਰ ਲਈਏ, ਜੇ ਬੰਦੂਕ ਹੋਈ ਤਾਂ ਤੋਪ ਵਾਲੇ ਨੂੰ ਸਿੱਟ ਲਾਂਗੇ, ਤੁਹਾਡੇ ਨਿਸ਼ਾਨੇ ਨਾਲ ਤੋਪ ਵਾਲਾ ਸਿੱਟ ਲਾਂਗੇ, ਪਰ ਜੇ ਜਵਾਨ ਇੱਥੇ ਹੋਏ ਤਾਂ ਫਿਰ ਤੋਪ ਵਾਲੇ ਮਰਨੇ ਨਹੀਂ। ਮੇਰੀ ਬੇਨਤੀ ਆ ਕਿ ਤੁਸੀਂ ਦੋ ਤਿੰਨ ਜਾਣੇ ਸੀ ਜਿਹੜੇ ਲੜਾਈ ਲੜਦੇ ਸੀ, ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ, ਜਿਹੜੀ ਗੱਲ ਤੁਹਾਨੂੰ ਗੁਰਮੀਤ ਜੀ ਨੇ ਕਹੀ ਹੈ ਖੁੱਡੀਆਂ ਸਾਹਿਬ ਨੇ, ਕਿਸੇ ਅਫਸਰ